दो जने बैठे सीगे जने दे तीन गोलियां वजियां तीन ओनू फायर की ते ओ बंदा फिर बाद पर ओ बाद दे बाद दे फिर चल ते इमीडिएटली आफ्टर रजिस्टर कर दो क्योंकि टोटल ब्लाइंड केस कोई ये दे विच साडे कोले क्यू बहुत ज्यादा फन वाली केस कर दे कोई ते साडी टीम जेडी सी ये तो शारपुर तक असी नु ट्रेस कीता ते ट्रेस करके फिर असी जेडे तीन बंदे दे इन्वॉल्व सीगे ओ आइडेंटिफाई कीते ओ तीन आइडेंटिफाई हो गए ओ तीन बंदे अरेस्ट कर ले गए ਜਿਹੜਾ ਵੈਪਨ ਸੀਗਾ ਯੂਜ਼ ਹੋਇਆ ਸੀ ਮਰਡਰ ਦੇ ਵਿੱਚ ਉਹ ਵੀ ਰਿਕਵਰ ਕਰ ਲਈ ਜਿਹੜੀ ਕਾਰ ਪੋਲੋ ਸੀ ਵਾਈਟ ਕਲਰ ਦੀ ਸੀਸੀਟੀਵੀ ਤੇ ਸਾਰੇ ਦੇਖੀ ਵੀ ਹੋਏਗੀ ਉਹ ਕਾਰ ਜਿਹੜੀ ਯੂਜ਼ ਹੋਈ ਸੀ ਉਹ ਵੀ ਰਿਕਵਰ ਕਰ ਲਈ ਤਾਂ ਇਹ ਜਿਹੜਾ ਮੋਟਿਵ ਸਭ ਨੇ ਆਇਆ ਹੈ ਕੁਛ ਜਿਹੜਾ ਡਿਸੀਜ਼ਡ ਹੈ ਜਿਹੜਾ ਵਿਕਟਿਮ ਹੈ ਮਰਨ ਵਾਲਾ ਉਹਦੀ ਸਿਸਟਰ ਹੈ ਜੋ ਕਿ ਬਾਹਰ ਇਟਲੀ ਦੇ ਵਿੱਚ ਰਹਿੰਦੇ ਹੈ ਤੇ ਉਹਨਾਂ ਦਾ ਅੱਗੇ ਮੈਟਰੀਮੋਨੀਅਲ ਡਿਸਪਿਊਟ ਹੈ ਉਹ ਜਿਹਦੇ ਨਾਲ ਉਦੋਂ ਬਾਅਦ ਮਰਡਰ ਤੋਂ ਇੱਕ ਜਾਂ ਦੋ ਦਿਨ ਬਾਅਦ ਉਹਨੇ ਫਲਾਈਟ ਲਈ ਹੈ ਤੇ ਉਦੋਂ ਬਾਅਦ ਵਾਪਸ ਚਲਾ ਤਾਂ ਇਹ ਇਹਦੇ ਵਿੱਚ ਮੋਟਿਵ ਆ ਤੇ ਜੋ ਫੌਜੀ ਦਾ ਉਹ ਜੋ ਫੌਜੀ ਬ੍ਰਦਰ ਸਭ ਉਹ ਯਹਾਂ ਤੇ ਨਾ ਅਦਰ ਵਨ ਅੱਛਾ ਅਦਰ ਵਨ ਜੋ ਫੌਜੀ ਬ੍ਰਦਰ ਨਹੀਂ ਤਾਂ ਜੋ ਥਰਡ ਬੰਦਾ ਦਾ ਜੋ ਹਸਬੰਡ ਵੀ ਨਹੀਂ ਤਾਂ ਉਹ ਫੌਜੀ ਵੀ ਤਾਂ ਉਹ ਯਹਾਂ ਤਾਂ ਨਹੀਂ ਜਿਹੜੇ ਬੜੇ ਗਏ ਨੇ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਸਾਹਮਣੇ ਆਈ ਹੋਈ ਕਿਸੇ ਗੈਂਗ ਨਾਲ ਸੰਬੰਧਿਤ ਤਾਂ ਨਹੀਂ ਹੈ ਜੀ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਸੈਕਿੰਡ ਅਕਿਊਜ਼ ਹੈਗਾ ਉਹਦੇ ਉੱਤੇ 392 ਦੇ ਵੀ ਪਰਚੇ ਹੈਗੇ ਮਤਲਬ ਉਹਦੇ ਲੁੱਟ ਕੋ ਦੇ ਬਰਨਰੇ ਦੀ ਲੜਾਈ ਝਗੜੇ ਦੇ ਹੱਥ ਹੈ ਕਿਹੜਾ ਸਰ ਮਨਜੀਤ ਸਿੰਘ ਦੋ ਐਫ ਆਈ ਆਰ ਸੀ ਇਹ ਕੈਂਡੀਡੇਟ ਮਨਜੀਤ ਸਿੰਘ ਮਨਜੀਤ ਸਰ ਜਿਹੜਾ ਤੁਸੀਂ ਕਹਿੰਦੇ ਭਰਾ ਦਾ ਉਰੇ ਸੀਗਾ ਉਹਦੀ ਇਨਵੋਲਵਮੈਂਟ ਹੈਗੀ ਜਿਸ ਕੇਸ ਦੇ ਵਿੱਚ ਕਿਹੜਾ ਭਰਾ ਜਿਹੜਾ ਉਰੇ ਸੀਗਾ ਜਿਹੜਾ ਜਿਹਦੇ ਪੈਸੇ ਕੋਈ ਵੀ ਨਹੀਂ ਜਿਹੜਾ ਉਰੇ ਸੀਗਾ ਉਹ ਜਿਹੜੀ ਮਰਡਰ ਜਦ ਹੋਇਆ ਪਲੈਨਿੰਗ ਦੇ ਵਿੱਚ ਉਹ ਮੌਕੇ ਤੇ ਨਹੀਂ ਸੀਗਾ ਪਰ ਪਲੈਨਿੰਗ ਦੇ ਵਿੱਚ ਉਹਦੀ 100% ਇਨਵੋਲਵਮੈਂਟ ਹੈ ਇਨਫੈਕਟ ਤਿੰਨੋ ਬ੍ਰਦਰਸ ਜਿਹੜੇ ਹੈਗੇ ਆ ਉਹ ਪਲੈਨਿੰਗ ਦੇ ਵਿੱਚ ਇਨਵੋਲਵਡ ਹੈ ਇਹਦੇ ਤਾਂ ਉਹ ਤਿੰਨਾਂ ਦੇ ਨੂੰ ਅਸੀਂ ਐਸ ਐਕਿਊਜ਼ ਰੱਖਿਆ ਹਜੇ ਡਿਟੇਲ ਪੁੱਛ ਗਿੱਛ ਹੋਈ ਇਹਨਾਂ ਦੀ ਫੇਰ ਪਤਾ ਲੱਗਿਆ ਕਿ ਆਈਡੀਆ ਕਿੱਥੋਂ ਲਿੱਤਾ ਪਰ ਇਹ ਟਰੈਕਰ ਦੇ ਨਾਲ ਇਹਨਾਂ ਨੇ ਗੱਡੀ ਨੂੰ ਟਰੈਕ ਕੀਤਾ
बहुत ज्यादा डिटेल मोटर सुपरिंटेंडेंट पुलिस की मैं नहीं दसना चाहूंगा पर यह है कि साड़ी टीम ने दिन रात ये मेहनत की है तो क्यों तो बाद जान मुकेरिया दे विच अरेस्ट होया केड़ा पिंड सर मुकेरिया दा तलवाड़ा रोड मुकेरिया तो अरेस्ट किए दिनो सर दिनो ही से है ये इकट्ठे दे मतलब इकट्ठे हां जी सर अजे तक कोई और इन्वॉल्वमेंट सामने आ रही क्योंकि सात तक लेके आज आप गल कर लो यार इतने दिन ही कितने रहे किनारे लॉजिस्टिक ये जितने बिलोंग टू मुकेश उतने पास से इन्होंने कारों की उतने भी रहना लिया इनफैक्ट ये सारी फैमिलीज जेडी है ये सारी हाउस एरिया से ये रहना विक्टिम भी हाउस एरिया में है ये जेडी क्यों जो सर जेडी पूरी भैया की बात उनकी कितनी है भैया दो केस दो केस दो केस सर रिसेंटली मीडिया ਕਿਹੜਾ ਦੱਸ ਫੌਜੀ ਦਾ ਜਿਹੜਾ ਦੂਸਰੀ ਦਾ ਉਹਦੀ ਤਾਂ ਰਿਸ਼ਤ ਨਹੀਂ ਫੌਜੀ ਦਾ ਕਿਹੜਾ ਫੌਜੀ ਦਾ ਦੂਸਰੀ ਕੋ ਕਿਹੜਾ ਇੱਕ ਸਾਹ ਰਿਸ਼ਾ ਦਾ ਹਸਬੰਡ ਕਰੇ ਉਹ ਤਿੰਨ ਦਾ ਆਇਆ ਉਹਦੀ ਕਿਉਂ ਬੈਂਕ ਵਿੱਚ ਉਹ ਸੈਕਟਰ ਉਹਦੇ ਕੋਈ ਆਫੈਂਸਿਵ ਵੀ ਹੈ ਉਹ ਸੈਕਟਰ ਫੈਸ ਦਾ ਨਹੀਂ ਕਿਹੜੀ ਇਹ ਇਟਲੀ ਦੀ ਐਫਆਈਆਰ ਕੁਝ ਇਟਲੀ ਦੀ ਐਫਆਈਆਰ ਡਿਟੇਲਸ ਉਹਨੇ ਇੱਕ ਟ੍ਰਾਂਸਮਿਸ਼ਨ ਵੀ ਸਮਝਾ ਮੇਨਲੀ ਡੋਮੈਸਟਿਕ ਵਾਇਲੈਂਸ ਦੇ ਰਿਗਾਰਡਿੰਗ ਕੀ ਹੈ ਉਹ ਅਦਰ ਸੈਕਸ਼ਨਸ ਲੱਗੇ ਹੋਣਗੇ ਕਿਉਂਕਿ ਫੈਮਿਲੀ तरफ से कोई वो नहीं आया था क्या चीज कोई कंप्लेंट जैसे इनका ब्राइंड एंड क्यूरियस इनफैक्ट विक्टिम की फैमिली की तरफ से मतलब आई विल नॉट गेट इनटू द डिटेल्स हमें पूरा कोऑपरेशन मिला है इस केस में समहाउ वो इस एंगल को मिस कर गए समहाउ वो इस एंगल पे सोचा नहीं था किसी ने कि इस तरीके से भी कोई करा सकता तो लेकिन ये है कि जब हमारा ट्रेस हो गया तो नाउ दे आर आल्सो के हायर के बिल्कुल इनफैक्ट जो एंगल पे हम चल रहे थे वो एंगल नहीं निकला जो हमें मतलब विक्टिम की फैमिली से पूछताछ थी सर निशा वो इंडिया के नहीं नहीं तो ऑस्ट्रेलिया की निशा गिरी है उसका हस्बैंड सर भी इटली है जरा हस्बैंड हस्बैंड अलोंग विद हिज टू ब्रदर्स जिन्होंने सारा पूरा प्लान किया है सर ये हस्बैंड नाम लग रहा है पूरा क्लियर वो एग्जैक्ट हरजिंदर सिंह ठीक है ਜਿਹੜਾ ਸੈਕਿੰਡ ਮੈਟਰ ਹੈ ਉਹਦੇ ਵਿੱਚ ਜ਼ੀਰਕਪੁਰ ਦਾ ਮੈਟਰ ਜ਼ੀਰਕਪੁਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਬਿਜ਼ਨਸਮੈਨ ਨੂੰ ਥ੍ਰੈਟ ਕਾਲ ਆਈ ਸੀ ਮੈਂ ਨਾਮ ਨਹੀਂ ਲੈ ਰਿਹਾ ਬਿਜ਼ਨਸਮੈਨ ਦਾ ਤੁਹਾਡੇ ਕੋਲ ਵੈਸੇ ਕੁਝ ਨੋਟਸ ਦੇ ਵਿੱਚ ਹੈ ਇਹ ਚ ਬਿਜ਼ਨਸਮੈਨ ਨੂੰ ਥ੍ਰੈਟ ਕਾਲ ਆਈ ਸੀ ਤੇ ਉਹ ਬੰਦਾ ਪੋਸਟ ਕਰ ਰਿਹਾ ਸੀਗਾ ਲਾਰੈਂਸ ਗੈਂਗ ਦੇ ਮੈਂਬਰ ਦੇ ਤੌਰ ਤੇ ਸਾਡੀ ਟੀਮ ਜਿਹੜੀ ਸੀ ਇਮੀਡੀਏਟਲੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਗਈ ਤੇ ਉਹਨੂੰ ਟਰੇਸ ਕਰਦੇ ਹੋਏ ਅਸੀਂ ਇੱਕ ਕਰਨ ਕੁਮਾਰ ਸਨ ਆਫ ਅਨਿਲ ਕੁਮਾਰ ਤੇ ਪਿੰਡ ਭੰਕਾਰਪੁਰ ਡੇਰਾ ਬੱਸੀ ਤੋਂ ਇਹ ਬੰਦਾ ਤੇ ਟਰੇਸ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਤੇ ਇਹ ਫੇਕ ਜਿਹੜਾ ਹੈਗੀ ਕਾਲਸ ਦੇ ਵਿੱਚ ਲੜੀ ਦੇ ਵਿੱਚ ਇਹ ਇੱਕ ਹੋਰ ਕੇਸ ਜਿਹੜਾ ਸਾਹਮਣੇ ਆਇਆ ਹੈ ਜਿਹੜਾ ਬੰਦਾ ਫੇਕ ਤੌਰ ਤੇ ਐਸ ਗੈਂਗਸਟਰਸ ਪੋਜ਼ ਕਰਕੇ ਕਿਸੇ ਬਿਜ਼ਨਸਮੈਨ ਜਾਂ ਕਿਸੇ ਇੰਟੈਂਸ਼ਨਲ ਬੰਦੇ ਨੂੰ ਥ੍ਰੈਟਨ ਕਰਕੇ ਉਹ ਤੋਂ ਐਕਸਟੋਰਟ ਕਰਨ ਦੀ ਕੋਸ਼ਿਸ਼ ਕਰ ਸਰ ਇਹ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ ਪੰਜਾਬ ਦੀ ਕਰ ਰਹੀ ਹੈ ਇਹ ਕਿਹੜੇ ਨੰਬਰ ਯੂਜ਼ ਕਰਦੇ ਆ ਇਹ ਕਿਸ ਤਰ੍ਹਾਂ ਉਹਨਾਂ ਨੂੰ ਥ੍ਰੈਟ ਕਰਦੇ ਇਹ ਅਜੇ ਤੱਕ ਕੋਈ ਖੁਲਾਸਾ ਬਹੁਤ ਸਾਰੇ ਕੇਸ ਹੋ ਗਏ ਕਈ ਕੇਸ ਇੱਕ ਤਰ੍ਹਾਂ ਦੇ ਹੁੰਦੇ ਆ
ਲਾਰੈਂਸ ਦੇ ਨਾਂ ਤੇ ਜਾਂ ਫਿਰ ਗੁਲਦੀਪ ਰਾਜ ਇਹ ਚ ਬਲਕਿ ਇਹ ਬੜਾ ਵਧੀਆ ਇਹ ਸਵਾਲ ਪੁੱਛਿਆ ਤਾਂ ਜਿਹੜੇ ਵੀ ਕਾਲਸ ਆ ਰਹੀਆਂ ਹੈ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ ਤੁਸੀਂ ਇਮੀਡੀਏਟਲੀ ਪੁਲਿਸ ਕੋਲ ਅਪਰੋਚ ਕਰੋ ਇਹ ਚ ਕਾਫੀ ਪਰਸੈਂਟੇਜ ਜਿਹੜੀ ਕਾਲਸ ਦੀ ਹੈਗੀ ਉਹ ਫੇਕ ਕਾਲਸ ਦੀ ਹੈ ਜਿਵੇਂ ਕਿ ਆਹ ਕੇਸ ਸੀ ਤਾਂ ਤੁਸੀਂ ਇਮੀਡੀਏਟਲੀ ਆਪਣਾ ਪੁਲਿਸ ਨੂੰ ਸਾਡੇ ਕੋਲ ਅਪਰੋਚ ਕਰੋ ਇਸ ਚੀਜ਼ ਦੇ ਬਾਰੇ ਸਾਨੂੰ ਇਹਦੇ ਬਾਰੇ ਦੱਸੋ ਸਾਡੇ ਕੋਲ ਆਪਣੇ ਟੈਕਨੀਕਲ ਮੀਨਸ ਹੈਗੇ ਆ ਸਾਡੇ ਆਪਣੇ ਰਿਸੋਰਸਿਸ ਹੈ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ ਤੈਨੂੰ ਟਰੇਸ ਕਰਨ ਦੀ ਤੈਨੂੰ ਟਰੇਸ ਕਰਕੇ ਇਮੀਡੀਏਟਲੀ ਜਿਹੜੀ ਉਹ ਚੀਜ਼ ਅਸੀਂ ਕਲੀਅਰ ਕਰਦੇ ਹਾਂ ਤਾਂ ਉਸੇ ਦੇ ਪੈਟਰਨ ਦੇ ਹਿਸਾਬ ਨਾਲ ਜਿੱਥੇ ਅਸੀਂ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਹੈ ਅਸੀਂ ਸਿਕਿਉਰ ਵੀ ਕਰਦੇ ਹਾਂ ਕੰਸਰਨ ਬੰਦੇ ਨੂੰ ਕਿਉਂਕਿ ਫੇਕ ਕਾਲਸ ਹੁੰਦੇ ਤਾਂ ਕੰਸਰਨ ਬੰਦੇ ਟਰੇਸ ਕੀਤੇ ਪੰਜਾਬ ਪੁਲਿਸ ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਕੇਸਿਸ ਇਹੋ ਜਿਹੇ ਫੇਕ ਕਾਲਸ ਦੇ ਪਹਿਲਾਂ ਵੀ ਟਰੇਸ ਕੀਤੇ ਤੇ ਇਹ ਵੀ ਉਹਦੀ ਲਗਾਤਾਰਤਾ ਦੇ ਵਿੱਚ ਕੇਸ ਸਰ ਇਹ ਕਰਮ ਕਰਦਾ ਕੀ ਹੈ ਕਿਉਂ ਇਹਦਾ ਕੋਈ ਲਿੰਕ ਹਜੇ ਤੱਕ ਕੋਈ ਸਾਹਮਣੇ ਆਇਆ ਤੇ ਕਿਸ ਤਰ੍ਹਾਂ ਹਜੇ ਤੱਕ ਕੋਈ ਵੀ ਨਹੀਂ ਹੈ ਤੇ ਇਹਦਾ ਪ੍ਰੋਫੈਸ਼ਨ ਜਿਹੜਾ ਹੈ ਮੈਂ ਇੱਕ ਵਾਰ ਚੈੱਕ ਕਰਕੇ ਤੁਹਾਨੂੰ ਦੱਸ ਦੂੰਗਾ ਐਗਜ਼ੈਕਟ ਕੀ ਇਹਦਾ ਕੰਮ ਹੈ ਡਿਟੇਲਸ ਤੁਹਾਨੂੰ ਮੈਂ ਫਿਰ ਸੈਪਰੇਟਲੀ ਸ਼ੇਅਰ ਕਰਾਂ ਕਰਨ ਕਰਨ ਅਕੇਲਾ ਥਾ ਜਾਂ ਕੋਈ ਟੀਮ ਸੀ ਨਹੀਂ ਇੱਕ ਅਕੇਲਾ ਹੀ ਥਾ ਅਭੀ ਤੱਕ ਤੋਂ ਅਕੇਲਾ ਹੀ ਥਾ ਸਰ ਇਹ ਫੇਕ ਕਾਲਸ ਤੁਸੀਂ ਆਟੋ ਆਫਿਸ ਸਟੇਟਸ ਨੂੰ ਕਰ ਰਹੀ ਹੈ ਕੇਸ ਕਿੱਥੋਂ ਹੋ ਰਹੀ ਹੈ ਇਹ ਤਾਂ ਲੋਕਲੀ ਹੈ ਜੀ ਬੰਦਾ ਮਲਟੀਪਲ ਮੈਕਨਿਜ਼ਮ ਹੈਗੇ ਆ ਉਹ ਨੰਬਰ ਤਾਂ ਕਿਤੋਂ ਨਾ ਕਿਤੋਂ ਮਿਲ ਹੀ ਜਾਂਦਾ ਜਿਵੇਂ ਸਾਡੇ ਕੋਲ ਅਸੀਂ ਇੱਕ ਰੋਪੜ ਕੇਸ ਟਰੇਸ ਕੀਤਾ ਸੀਗਾ ਉਹ ਚ ਦੁਕਾਨ ਜਿਵੇਂ ਸ਼ੋਪ ਹੁੰਦੀ ਹੈ ਸ਼ੋਪ ਦੇ ਬਾਹਰ ਬੰਦੇ ਨੇ ਮੋਬਾਈਲ ਨੰਬਰ ਲੈ ਕੇ ਹੁੰਦੇ ਆ ਉਹ ਬੰਦਾ ਉੱਥੇ ਪੜ੍ਹ ਕੇ ਲੈ ਗਿਆ ਤੇ ਉੱਥੇ ਫੋਨ ਕਰਨਾ ਸ਼ੁਰੂ ਕਰਤਾ ਤਾਂ ਮਤਲਬ ਇਹ ਤਾਂ ਮਲਟੀਪਲ ਜਗ੍ਹਾ ਤੋਂ ਨੰਬਰ ਲੈ ਲੈਂਦੇ ਆ ਥੋੜਾ ਜਿਹਾ ਬੈਕਗ੍ਰਾਉਂਡ ਵਗੈਰਾ ਉਹਨੂੰ ਸਟੱਡੀ ਕਰਕੇ ਬੰਦਾ ਬੈਕਗ੍ਰਾਉਂਡ ਲੈ ਲੈਂਦਾ ਸਟਾਰਟਸ ਕਾਲਿੰਗ ਤਾਂ ਬਸ ਫਿਰ ਤੁਹਾਨੂੰ ਇਹੀ ਹੈ ਕਿਉਂਕਿ ਬਹੁਤ ਸਾਰੇ ਪਰਸੈਂਟੇਜ ਫੇਕ ਕਾਲ ਤੇ ਹੈਗੇ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਅਪਰੋਚ ਕਰੋ ਤਾਂ ਕਿ ਜਿਹੜੇ ਫੇਕ ਕਾਲ ਕਰਨ ਵਾਲੇ ਬੰਦੇ ਹੈਗੇ ਆ ਐਟਲੀਸਟ ਇਹਨੂੰ ਇਮੀਡੀਏਟਲੀ ਪੜ੍ਹ ਕੇ ਬੰਦੇ ਨਾਲ ਖਿਲਾਫ਼ ਐਕਸ਼ਨ ਸਰ ਕਿਉਂਕਿ ਜਿਸ ਤਰ੍ਹਾਂ ਸਾਈਬਰ ਤੇ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਡੀਜੀ ਸਾਹਿਬ ਵੀ ਕਹਿੰਦੇ ਦੇਖ ਇਹਦੇ ਚ ਕਿਸ ਤਰ੍ਹਾਂ ਦੀ ਲਗਾਮ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਯੂਟਿਊਬ ਤੇ ਇਸ ਤਰ੍ਹਾਂ ਦੀ ਜਿਹੜੇ ਫੇਸਬੁੱਕ ਤੇ ਜਿਹੜੇ ਗੈਂਗਸਟਰ ਦੇ ਫੋਟੋ ਲਾ ਕੇ ਪਿਸਟਲ ਦੀ ਇਹ ਚੀਜ਼ਾਂ ਹਜੇ ਵੀ ਨਹੀਂ ਰੁਕ ਰਹੀ ਤਾਂ ਸਾਈਬਰ ਸੈਲ ਸਰ ਕਿਸ ਤਰ੍ਹਾਂ ਦਾ ਕੰਮ ਸਾਡੇ ਵੱਲੋਂ ਰੈਗੂਲਰਲੀ ਇਹ ਚ ਜਿਵੇਂ ਕਿ ਮਾਨਯੋਗ ਡੀਜੀ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਨੇ ਸਾਨੂੰ ਇਹਦੇ ਵਿੱਚ ਗਾਈਡਲਾਈਨਸ ਦਿੱਤੀਆਂ ਹੋਈਆਂ ਤਾਂ ਉਹਦੇ ਰਿਗਾਰਡਿੰਗ ਜੇ ਇਹ ਜੀ ਕੋਈ ਵੀ ਡਿਸਪਲੇ ਆਫ ਵੈਪਨ ਹੁੰਦਾ ਹੈ ਤਾਂ ਇਮੀਡੀਏਟਲੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਬਲਕਿ ਜੇ ਤੁਹਾਡੇ ਧਿਆਨ 'ਚ ਕੋਈ ਵੀ ਇਹੋ ਜਿਹਾ ਵੈਪਨ ਆਉਂਦਾ ਹੈ ਸਟਾਰਟਿੰਗ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਮਹੀਨਾ ਡੇਢ ਪਹਿਲਾਂ ਮਹੀਨਾ ਪਹਿਲੇ ਜਦੋਂ ਆਪਾਂ ਮੁਹਿੰਮ ਸਟਾਰਟ ਕੀਤੀ ਸੀਗੀ ਤਾਂ ਉਦੋਂ ਅਸੀਂ ਕਾਫ਼ੀ ਐਫ ਆਈ ਆਰਸ ਸਾਰੇ ਪੰਜਾਬ 'ਚ ਹੋਈਆਂ ਸੀ ਅਸੀਂ ਵੀ ਕਾਫ਼ੀ ਐਫ ਆਈ ਆਰ ਦਿੱਤੀਆਂ ਸੀਗੀਆਂ ਤਾਂ ਉਦੋਂ ਬਾਅਦ ਇਹਨੂੰ ਕਾਫ਼ੀ ਠੱਲ ਪਈ ਸੀ ਇਨਫੈਕਟ ਉਦੋਂ ਬਾਅਦ ਸਾਨੂੰ ਕੋਈ ਮੇਜਰ ਕੰਪਲੇਂਟਸ ਆ ਰਹੀਆਂ ਬੰਦ ਹੀ ਹੋ ਗਈਆਂ ਸੀ ਤਾਂ ਹੁਣ ਵੀ ਜੇ ਤੁਹਾਡੇ ਧਿਆਨ 'ਚ ਕੋਈ ਸੋਸ਼ਲ ਮੀਡੀਆ 'ਤੇ ਇਹ ਜਿਹਾ ਡਿਸਪਲੇ ਆਫ ਵੈਪਨ ਆਉਂਦਾ ਤਾਂ ਇਮੀਡੀਏਟਲੀ ਉਹਦੇ ਖਿਲਾਫ਼ ਐਕਸ਼ਨ ਲਿਆ ਜਾਏ ਸਰ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਜਿਹੜਾ ਗੈਂਗਸਟਰ ਚੋਰਾ ਬੜਿਆ ਗਪੋਲੀ ਏਰੀਆ 'ਚ ਇਹ ਬੜਾ ਸੇਫ ਜਿਹੜੇ ਹੈਗੇ ਸਾਈਡ ਮੰਨਦੇ ਜਿਹੜੇ ਵੀ ਗੈਂਗਸਟਰ ਜਾਂ ਫਿਰ ਜਿਹੜੇ ਵੀ ਬੈਡ ਅਨਸਰ ਸੀ ਜਿਹੜਾ ਪੀਰ ਕੁਸ਼ਾਲਾ ਹੋ ਗਏ ਜਾਂ ਫਿਰ ਹੋਰ ਜਿਹੜੀ ਹੈ ਹਾਲਾਂਕਿ ਉਹ ਰਮਜ਼ਾਨ ਮਲਿਕ ਨਾਂ ਤੇ ਫੇਕ ਆਈਡੀ ਬਣਾ ਕੇ ਰਹੇ ਨੇ ਉਹਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਕਰ ਰਹੀ ਹੈ ਕਿਉਂਕਿ ਆਈਡੀ ਦੀ ਅਸੀਂ ਗੱਲ ਕਰੀਏ ਉਹਨੇ ਫੇਕ ਬਣਾ ਲਈ ਲੇਕਿਨ ਉੱਥੇ ਜਿਹੜਾ ਹੈਗਾ ਉਹ ਰਹਿ ਰਹੇ ਸੀ ਕਿਸ ਤਰ੍ਹਾਂ ਦੇ ਬੈਡ ਅਨਸਰ ਤੇ ਹੁਣ ਪੁਲਿਸ ਇਸ ਤਰ੍ਹਾਂ ਇਹਦੇ ਵਿੱਚ ਕੀ ਕਰ ਰਹੀ ਹੈ ਸਾਡੇ ਵੱਲੋਂ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਵੀ ਅਰਬਨ ਏਰੀਆ ਹੁੰਦਾ ਹੈ ਕੰਜਸਟਿਡ ਏਰੀਆ ਹੁੰਦਾ ਹੈ ਉਹ ਇੱਕ ਕਾਈਂਡ ਆਫ ਅਨੋਨਿਮਿਟੀ ਜਿਹੜੀ ਆ ਪ੍ਰੋਵਾਈਡ ਕਰਦਾ ਇਸੇ ਕਰਕੇ ਇੱਥੇ ਨੰਬਰਸ ਜਿਹੜੇ ਹੈਗੇ ਹੈ ਜੇ ਮੋਹਾਲੀ ਜੇ ਆਪਾਂ ਡਿਸਟ੍ਰਿਕਟ ਦੀ ਸਪੈਸੀਫਿਕਲੀ ਗੱਲ ਕੀਤੀ ਤੇ ਇੱਥੇ ਇਸ ਟਾਈਪ ਦੇ ਬੰਦਿਆਂ ਦੇ ਨੰਬਰ ਜ਼ਿਆਦਾ ਮਿਲਦੇ ਪਰ ਇਹ ਹੈ ਕਿ ਸਾਡੀ ਰੈਗੂਲਰਲੀ ਜਿਵੇਂ ਕਿ ਪਹਿਲਾਂ ਵੀ ਅਸੀਂ ਟੈਲੈਂਟ ਵੈਰੀਫਿਕੇਸ਼ਨ ਦੀ ਮੁਹਿੰਮ ਜਿਹੜੀ ਹੈ ਉਹ ਪਹਿਲਾਂ ਤੋਂ ਚਲਾਈ ਹੋਈ ਹੈ ਹੁਣ ਕਾਫ਼ੀ ਹੱਦ ਤੱਕ ਵੈਰੀਫਿਕੇਸ਼ਨ ਹੋ ਵੀ ਗਈ ਹੈ ਪਹਿਲਾਂ ਜਿਵੇਂ ਸੀ ਕਿ ਸੋਸਾਇਟੀਜ਼ ਦੇ ਵਿੱਚ ਸੀਗੀਆਂ ਪਰ ਪਿੰਡਾਂ ਦੇ ਵਿੱਚ ਜਿਹੜੇ ਕੰਜਸਟਿਡ ਹੈਗੀਆਂ ਉੱਥੇ ਪੀਜੀਜ਼ ਹੈਗੀਆਂ ਉੱਥੇ ਘੱਟ ਸੀ ਹੁਣ ਉੱਥੇ ਵੀ ਕਾਫ਼ੀ ਵੈਰੀਫਿਕੇਸ਼ਨ ਹੋਣੀਆਂ ਸ਼ੁਰੂ ਹੋਣੀਆਂ ਇਨਫੈਕਟ ਕਾਫ਼ੀ ਹੱਦ ਤੱਕ ਹੋਣਗੀਆਂ ਸਿਮਿਲਰਲੀ ਹੋਟੈਲਸ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਸਾਡੇ ਜਿਹੜੇ ਰੈਗੂਲਰ ਓਪਰੇਸ਼ਨ ਜਿਹੜੇ ਉਹ ਚੱਲ ਰਹੇ ਆ ਤੇ ਉੱਥੇ ਵੀ ਰੈਗੂਲਰ ਚੈਕਿੰਗਸ ਵੀ ਹੁੰਦੀਆਂ ਸਾਡੀਆਂ ਇਨਫੈਕਟ ਅਸੀਂ ਐਨਕਰੇਜ ਵੀ ਕਰਦੇ ਹਾਂ ਸਾਰੇ ਹੋਟਲ ਓਨਰਸ ਨੂੰ ਤੇ ਜਾਂ ਫਿਰ ਉਹਨਾਂ ਦੀ ਸਿਕਿਉਰਿਟੀ ਕਿ ਤੁਹਾਨੂੰ ਕੋਈ ਵੀ ਸ਼ੱਕੀ ਬੰਦਾ ਦਿਖਦਾ ਤਾਂ ਸਾਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਦੇ ਵਿੱਚ ਇਨਫੋਰਮ ਕਰੋ ਤਾਂ ਕਿ ਅਸੀਂ ਉਹਦੀ ਵੈਰੀਫਿਕੇਸ਼ਨ ਕਰ ਸਕੀਏ ਜੇ ਕੋਈ ਮਾੜਾ ਬੰਦਾ ਉਹਦੇ ਖਿਲਾਫ਼ ਹੋ ਥੈਂਕ ਯੂ ਤੁਸੀਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਖੁੱਲੇ ਖੁੱਲੇ ਰਹੋ ਨਾ ਬਸ ਠੀਕ ਹੈ ਲਿਓ ਜੀ ਕਮਟ ਸਰ ਆ ਵੀ ਨੀਚੇ ਪ੍ਰਿੰਟ ਕਰ ਦਿਆ ਜੀ।
एक सेकंड।